ਗੌਰਵ ਰੌਲੀ, ਸਨ ਆਫ ਚੁਕੇਸ਼ ਰੌਲੀ, ਜਿਹੜਾ ਸਡਨਲੀ ਕਿਸੇ ਐਕਸੀਡੈਂਟ ਦੇ ਵਿੱਚ ਆ ਕੇ ਉਹਦੀ ਡੈਥ ਹੋ ਗਈ ਆ, ਪਰੰਤੂ ਉਹਨੂੰ ਬਚਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ ਗਈ। ਜਿਸ ਤਰ੍ਹਾਂ ਪਰਮਾਤਮਾ ਨੇ ਲਿਖਿਆ ਸੀ, ਉਹਦੇ ਸਵਾਸਾਂ ਦੀ ਪੂਰਤੀ ਖਤਮ ਹੋ ਗਈ ਸੀਗੀ। ਉਹਦੇ ਬਾਵਜੂਦ ਵੀ ਜਿੰਨੇ ਵੀ ਆਸੇ ਪਾਸੇ ਜਿਹੜੇ ਲਾਗੇ ਬੰਦੇ ਖੜੇ ਸੀ, ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ, ਘਰ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ, ਚਿੰਤਪੁਰਨੀ ਮੱਥਾ ਟੇਕਣ ਗਏ ਤੇ ਇਹਨੂੰ ਕਹਿੰਦਾ ਤੂੰ ਰੱਖੜੀ ਲੈ ਕੇ ਆਈ, ਜੇ ਹੋ ਸਕਦਾ ਉਹਨੂੰ ਪਹਿਲਾਂ ਪਤਾ ਹੋਵੇ ਕਿ ਚਿੰਤਪੁਰਨੀ ਪਹਿਲਾਂ ਹੀ ਰੱਖੜੀ ਬੰਨ ਕੇ ਆਉਂਦੀ ਸੀ ਤੇ ਅੱਜ ਉਹ ਆਪਣੀ ਛੋਟੀ ਭੈਣ ਤੇ ਕੱਲ੍ਹ ਆਪਣੀ ਛੋਟੀ ਭੈਣ ਤੋਂ ਕਹਿੰਦਾ ਮੈਂ ਉਹ ਵੀ ਤਾਂ ਮੇਰੀ ਭੈਣ ਆ, ਉਹਤੋਂ ਵੀ ਕਹਿੰਦਾ ਮੈਂ ਰੱਖੜੀ ਪਾਉਣੀ ਦੋਨਾਂ, ਉਹ ਕਹਿੰਦਾ ਜਾ ਕੇ ਮੈਂ ਰੱਖੜੀ ਪਾਉਣੀ ਉਹਨੂੰ ਪੈਂਟ ਆਉਣ ਲੱਗਾ ਸੀ ਅੱਜ ਅਤੇ ਉਹ ਫਿਰ ਬਸ ਮੇਰਾ ਕਰਮ ਸੀ ਨਹੀਂ ਸੀ ਇਹਨਾਂ ਭੈਣਾਂ ਤੋਂ ਰੱਖੜੀ ਪਾਉਣਾ। ਅੱਜ ਬਹੁਤ ਹੀ ਦੁਖਦਾਈ ਘੜੀ ਆ, ਇਹ ਗੱਲ ਦੱਸਦਿਆਂ ਮੈਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਲੜਕਾ ਗੌਰਵ ਰੌਲੀ, ਸਨ ਆਫ ਚੁਕੇਸ਼ ਰੌਲੀ, ਜਿਹੜਾ ਸਡਨਲੀ ਕਿਸੇ ਐਕਸੀਡੈਂਟ ਦੇ ਵਿੱਚ ਆ ਕੇ ਉਹਦੀ ਡੈਥ ਹੋ ਗਈ ਆ, ਪਰੰਤੂ ਉਹਨੂੰ ਬਚਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ ਗਈ। ਜਿਸ ਤਰ੍ਹਾਂ ਪਰਮਾਤਮਾ ਨੇ ਲਿਖਿਆ ਸੀ, ਉਹਦੇ ਸਵਾਸਾਂ ਦੀ ਪੂਰਤੀ ਖਤਮ ਹੋ ਗਈ ਸੀਗੀ। ਉਹਦੇ ਬਾਵਜੂਦ ਵੀ ਜਿੰਨੇ ਵੀ ਆਸੇ ਪਾਸੇ ਜਿਹੜੇ ਲਾਗੇ ਬੰਦੇ ਖੜੇ ਸੀ, ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ, ਘਰ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ। ਸਾਡੇ ਜੋ ਐਂਬੂਲੈਂਸ ਚੱਲਦੀ ਹੈ ਆਪਣੇ ਸਿੱਧ ਬਾਬਾ ਬਾਲਕ ਨਾਥ ਚੈਰੀਟੇਬਲ ਸੁਸਾਇਟੀ ਵੱਲੋਂ, ਉਹਦੇ ਵਿੱਚ ਲੈ ਕੇ ਉਹਨੂੰ ਪਹਿਲਾਂ ਫਗਵਾੜੇ ਲੈ ਕੇ ਗਏ, ਲੇਕਿਨ ਉੱਥੇ ਡਾਕਟਰ ਨੇ ਥੋੜਾ ਜਿਹਾ ਚੈੱਕ ਕਰਨ ਤੋਂ ਬਾਅਦ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਫਿਰ DMC ਲੈ ਕੇ ਗਏ, ਪਰੰਤੂ DMC ਵਾਲਿਆਂ ਨੇ ਵੀ ਇਹਨੂੰ PJ ਰੈਫਰ ਕਰ ਦਿੱਤਾ। PJ ਲੈ ਕੇ ਜਾਂਦੇ ਸੀਗੇ, ਉੱਥੇ ਜਾ ਕੇ ਵੀ ਇੱਕ ਘੰਟਾ ਡਾਕਟਰਾਂ ਨੇ ਅਣਥੱਕ ਕੋਸ਼ਿਸ਼ ਕੀਤੀ, ਪਰੰਤੂ ਉਹਦੇ ਬਾਵਜੂਦ ਵੀ ਇਸ ਨੌਜਵਾਨ ਨੂੰ ਬਚਾ ਨਹੀਂ ਸਕੇ। ਇਹ ਸਾਡੇ ਪਿੰਡ ਦੇ ਵਾਸਤੇ ਬਹੁਤ ਹੀ ਮਾੜੀ ਖਬਰ ਆ ਕਿ ਇੱਕ ਬਹੁਤ ਹੀ ਹੋਣਹਾਰ ਲੜਕਾ, ਜਿਹੜਾ ਜਿਹਨੇ ਹਾਲੇ ਦੁਨੀਆਦਾਰੀ ਦਾ ਕੁਛ ਗਿਆਨ ਨਹੀਂ ਸੀਗਾ, ਸਿਰਫ ਹਾਲੇ ਜਿੱਦਾਂ ਆਪਾਂ ਕਹਿੰਦੇ ਹੱਥ ਖਿੜਿਆ ਫੁੱਲ, ਜਿਹਨੇ ਹਾਲੇ ਆਪਣਾ ਸਭ ਕੁਛ ਕਰਨਾ ਸੀਗਾ, ਮਾਪਿਆਂ ਨੇ ਬੜੀਆਂ ਮਿਹਨਤਾਂ ਦੇ ਨਾਲ ਇਹਨੂੰ ਪਾਲਿਆ ਸੀਗਾ, ਪਰੰਤੂ ਅਦਵਾਟੇ ਛੱਡ ਕੇ ਆਪਣੇ ਮਾਤਾ ਪਿਤਾ ਨੂੰ ਰੋਂਦਿਆਂ ਨੂੰ ਛੱਡ ਕੇ ਚਲੇ ਗਿਆ। ਇਸ ਗੱਲ ਜਿੱਥੇ ਅਸੀਂ ਘਰ ਵਾਲਿਆਂ ਨਾਲ ਅਫਸੋਸ ਜ਼ਾਹਰ ਕਰਦੇ ਹਾਂ, ਉੱਥੇ ਸਮੁੱਚੇ ਪਿੰਡ ਦੇ ਵਿੱਚ ਅੱਜ ਪੂਰੀ ਸੋਗ ਦੀ ਲਹਿਰ ਆ, ਔਰ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਆ, ਬਹੁਤ ਜ਼ਿਆਦਾ ਅਫਸੋਸ ਆ। ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਾਂਗੇ ਕਿ ਪਰਮਾਤਮਾ ਇਸ ਨੌਜਵਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਿੱਛੇ ਪਰਿਵਾਰ ਨੂੰ ਅਤੇ ਸੰਗ ਸਹੇਲੀਆਂ ਨੂੰ ਸਾਥੀਆਂ ਨੂੰ ਇਹ ਜਿਹੜਾ ਭਾਣਾ ਮਰਨ ਦਾ ਬਲ ਬਖਸ਼ੇ। ਕਿੰਨੀ ਕੁ ਉਮਰ ਸੀਗੀ ਜੀ? ਨੀਅਰ ਅਬਾਊਟ 20-22 ਸਾਲ ਸੀ, ਜੰਗ ਸੀ ਹਲੇ ਪੂਰਾ। ਕੀ ਕੰਮ ਕਾਰ ਕਰਦਾ ਜੀ? ਪੜ੍ਹਦਾ ਸੀ, ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀਗਾ, ਲੇਕਿਨ ਹੁਣ ਉਹ ਆਪਣੇ ਕਿਸੇ ਸ਼ੋਪਕੀਪਰ ਦੇ ਨਾਲ ਮੇਲੇ ਵਗੈਰਾ ਤੇ ਦੁਕਾਨ ਵਗੈਰਾ ਲਾਉਂਦਾ ਸੀਗਾ। ਹੁਣ ਵੀ ਕੱਲ ਵੀ ਸਡਨਲੀ ਇਹ ਆਇਆ ਕਿ 3 ਮਹੀਨੇ ਤੋਂ ਬਾਅਦ ਚਿੰਤਪੁਰਨ ਗਿਆ ਹੋਇਆ ਸੀਗਾ, ਉੱਥੇ ਦੁਕਾਨ ਦਾ ਕੰਮ ਕਰਦਾ ਸੀਗਾ, ਤੇ ਲੇਕਿਨ ਰੱਖੜੀ ਕਰਕੇ ਆਇਆ ਸੀਗਾ, ਲੇਕਿਨ ਰੱਖੜੀ ਉਹਨੂੰ ਬਣਾਉਣ ਦਾ ਹੁਕਮ ਨਹੀਂ ਹੋਇਆ, ਉਹ ਰੱਖੜੀ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ। ਕਿੰਨੇ ਭੈਣ ਭਰਾ ਹੈ ਜੀ?
ਲੜਕਾ ਤੇ ਇੱਕ ਇਹਦੀ ਭੈਣ ਜੋੜੇ ਆ, ਇੱਕ ਭੈਣ ਤੇ ਇੱਕ ਭਰਾ ਹੋ ਰਿਹਾ ਇਹਨਾਂ ਦਾ। ਇਹ ਸਭ ਤੋਂ ਵੱਡਾ ਸੀਗਾ ਜੀ? ਇਹ ਨਹੀਂ, ਇਹ ਦੂਸਰੇ ਨੰਬਰ ਤੇ ਸੀਗਾ। ਸੰਸਕਾਰ ਵਗੈਰਾ ਕਰਤਾ? ਸੰਸਕਾਰ ਵਗੈਰਾ ਕਰ ਦਿੱਤਾ। ਕਾਫੀ ਲੋਕ ਜਿਹੜੇ ਪਿੰਡ ਦੇ ਲੋਕ ਸੀਗੇ ਇਕੱਠੇ ਹੋ ਕੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਸੀ। ਸੰਸਕਾਰ ਉਹਦਾ ਹੋ ਚੁੱਕਿਆ ਤੇ ਹੁਣ ਮੰਗਲਵਾਰ ਨੂੰ ਉਹਦੀ ਚੌਥੀ ਦੀ ਰਸਮ ਜਿਹੜੀ ਆ ਉਹ ਸਾਡੇ ਜਿਹੜੀਆਂ ਸਮਾਜਿਕ ਰਸਮਾਂ ਰਿਵਾਜ ਹੈ ਉਹਦੇ ਮੁਤਾਬਕ ਜਿਹੜੀ ਆ ਮੰਗਲਵਾਰ ਨੂੰ ਇਹਦੀ ਚੌਥੀ ਰਸਮ ਜਿਹੜੀ ਕੀਤੀ ਜਾਊਗੀ। ਸ਼ੁਕਰੀਆ।